ਅੱਜ ਸਿੱਖ ਪੰਥ ਦੇ ਨਾਲ ਤੇ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਨਾਲ ਉਸ ਸਮੇਂ ਬਹੁਤ ਵੱਡਾ ਜ਼ੁਲਮ ਹੋਇਆ ਜਦੋਂ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਇੱਕ ਬਹੁਤ ਹੀ ਨਿੰਦਣਯੋਗ ਬਿਆਨ ਦਿੱਤਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਮੁਤਲਕ। ਦੇਖੋ ਜਦੋਂ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਅਰਬਾਂ ਹੀ ਅਰਦਾਸਾਂ ਕੀਤੀਆਂ ਗਈਆਂ ਸੰਗਤਾਂ ਵੱਲੋਂ ਕਿ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਗੁਰੂ ਸਾਹਿਬ ਬਲ ਬਖਸ਼ਣ, ਸਾਨੂੰ ਮੌਕਾ ਦੇਣ। ਅਤੇ ਉਹ ਅਰਦਾਸਾਂ 550 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੌਰਾਨ ਦੋਨਾਂ ਸਰਕਾਰਾਂ ਨੇ ਸੁਣ ਕੇ ਉਹਨੂੰ ਪ੍ਰਵਾਨ ਕਰ ਲਿਆ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ। ਪਹਿਲੇ ਦਿਨ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਾਰੇ MLAs ਅਤੇ ਹੋਰ ਕੇਂਦਰ ਦੀ ਲੀਡਰਸ਼ਿਪ, ਪੰਜਾਬ ਦੀ ਲੀਡਰਸ਼ਿਪ ਸਾਰੀ ਗਈ। ਉਸ ਤੋਂ ਬਾਅਦ ਰੋਜ਼ ਜਥੇ ਜਾਂਦੇ ਨੇ ਅਤੇ ਬਹੁਤ ਜ਼ਿਆਦਾ ਸ਼ਰਧਾ ਹੈ ਸਾਰੀਆਂ ਸੰਗਤਾਂ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਅਤੇ ਉੱਥੇ ਜਾ ਕੇ ਮੱਥਾ ਟੇਕਣ ਦਾ। ਜਿੱਥੋਂ ਸੰਕਲਪ ਦਿੱਤਾ ਸੀ ਬਾਬੇ ਨਾਨਕ ਨੇ, ਹਰ ਮਾਈ ਭਾਈ ਨੂੰ ਵੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਅਤੇ ਅੱਜ ਕਾਂਗਰਸ ਸਰਕਾਰ ਦੇ ਇੱਕ ਅਫਸਰ ਨੇ ਐਡੀ ਵੱਡੀ ਗੱਲ ਆਖਤੀ। ਅਸੀਂ ਤਾਂ ਚਾਹੁੰਦੇ ਸੀ, ਸੋਚਦੇ ਸੀ ਕਿ ਕਾਂਗਰਸ ਦੇ ਲੀਡਰ ਸਿੱਖਾਂ ਦੇ ਜ਼ਖਮਾਂ ਦੇ ਮੱਲਮ ਲਾਉਣਗੇ, ਵੀ ਜੋ ਸਾਡੇ ਨਾਲ 47 'ਚ ਹੋਇਆ ਜਾਂ ਉਸ ਤੋਂ ਬਾਅਦ ਹੋਇਆ, ਸਾਨੂੰ ਬਹੁਤ ਕੁਛ ਕਿਹਾ ਗਿਆ, ਜ਼ਰੈਮ ਪੇਸ਼ਾਤਵਾਦੀ, ਵੱਖਵਾਦੀ, ਫਿਰ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਲੇਕਿਨ ਕਾਂਗਰਸ ਨੇ ਮੱਲਮ ਨਹੀਂ ਲਾਈ ਸਿੱਖਾਂ ਦੇ ਜ਼ਖਮਾਂ 'ਤੇ। ਅਤੇ ਚਲੋ ਹੁਣ ਬਹੁਤ ਵਧੀਆ ਮੌਕਾ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਨਾਲ, ਲੇਕਿਨ ਉਹਦੇ ਖੁੱਲ੍ਹਣ ਤੋਂ ਬਾਵਜੂਦ ਵੀ ਕਈ ਇੱਦਾਂ ਦੀਆਂ ਜਿਹੜੇ ਲੀਡਰ ਨੇ ਜਾਂ ਕਈ ਇੱਦਾਂ ਦੀਆਂ ਸੰਸਥਾਵਾਂ ਨੇ, ਕਈ ਏਜੰਸੀਆਂ ਨੇ ਜਿਹਦੇ ਪਿੱਛੇ ਕਾਂਗਰਸ ਪਾਰਟੀ ਦਾ ਕਹਿ ਸਕਦੇ ਹੱਥ ਆ, ਨਹੀਂ ਅੱਜ ਨੂੰ ਕਿਉਂ ਨਹੀਂ ਬੋਲੇ ਕੈਪਟਨ ਸਾਹਿਬ, ਕਿਉਂ ਨਹੀਂ ਬੋਲੇ ਹੋਰ ਕਾਂਗਰਸ ਦੇ ਜਿਹੜੇ ਵਜ਼ੀਰ ਨੇ ਜਾਂ ਕਾਂਗਰਸ ਦੇ ਸੀਨੀਅਰ ਲੀਡਰ ਨੇ। DGP ਸਾਹਿਬ ਦਾ ਬਿਆਨ 4 ਦਿਨ ਹੋ ਗਏ ਆਇਆਂ ਨੂੰ, ਲੇਕਿਨ ਅੱਜ ਤੱਕ ਕਿਸੇ ਨੇ ਕੋਈ ਆਪਣੇ ਉਹਦੇ ਬਾਰੇ ਗੱਲ ਨਹੀਂ ਆਖੀ। ਅਸੀਂ ਇਹੀ ਆਖੇ ਇਹਨਾਂ ਨੂੰ ਕਿ ਹਾਊਸ ਵਿੱਚ ਮੁੱਖ ਮੰਤਰੀ ਸਾਹਿਬ ਆ ਕੇ ਇਹਦੇ ਬਾਰੇ ਸਪਸ਼ਟੀਕਰਨ ਦੇਣ, ਵੀ ਜੋ DGP ਨੇ ਆਖਿਆ ਕਿ ਸਰਕਾਰ ਵੀ ਉਹੀ ਸੋਚਦੀ ਹੈ, ਸਰਕਾਰ ਦਾ ਵੀ ਪੱਖ ਉਹੀ ਹੈ ਜਾਂ ਸਰਕਾਰ ਦਾ ਕੋਈ ਹੋਰ ਪੱਖ ਆ। ਲੇਕਿਨ ਨਹੀਂ ਆਏ ਮੁੱਖ ਮੰਤਰੀ ਸਾਹਿਬ, ਜਿਸ ਕਰਕੇ ਸਾਨੂੰ ਜਬਰੀ ਇਹ ਜਿਹੜਾ ਵਾਕਆਊਟ ਕਰਨਾ ਪਿਆ, ਅਤੇ ਫਿਰ ਅਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਹਾਊਸ ਵਿੱਚ ਵੀ ਆਖਿਆ, ਜਿਹੜੇ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਨੇ, ਕਿ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਬਦੌਲਤ ਹਾਊਸ ਨੂੰ ਵਿਸ਼ਵਾਸ ਦੇ ਸਕਦੇ ਹੋ, ਲੇਕਿਨ ਉਹਨਾਂ ਨੇ ਸਾਡੀ ਕੋਈ ਨਾ ਸੁਣੀ, ਅਤੇ ਫਿਰ ਸਾਡੇ ਕੋਲ ਹੋਰ ਕੀ ਚਾਰਾ ਰਹਿਣਾ ਸੀਗਾ। ਲੇਕਿਨ ਸਭ ਤੋਂ ਜਿਹੜੀ ਮਾੜੀ ਗੱਲ ਇਹ ਆ ਕਿ ਸਿੱਖ ਬਹੁਤ ਵੱਡੇ ਦੇਸ਼ ਭਗਤ ਨੇ, ਸਿੱਖਾਂ ਨੇ ਹਿੰਦੁਸਤਾਨ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ, ਸਾਰਾ ਸਿੱਖ, ਸਾਰਾ ਹਿੰਦੁਸਤਾਨ ਜਾਣਦਾ ਹੈ, ਸਾਰਿਆਂ ਨੂੰ ਪਤਾ ਹੈ, ਲੇਕਿਨ ਉਹਦੇ ਬਾਵਜੂਦ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਅੱਤਵਾਦੀ ਹੋ, ਵੱਖਵਾਦੀ ਹੋ। ਇੱਕ ਪਾਸੇ ਤਾਂ ਜਿਹੜਾ UN ਸੈਕਟਰੀ ਜਨਰਲ ਅੰਟੋਨੀਓ ਗੁਟਰੈਸ ਆ 4 ਦਿਨ ਪਹਿਲਾਂ ਉੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਆਇਆ, ਉਹਨੇ ਕਿਹਾ ਕਿ ਬਹੁਤ ਵੱਡੀ ਇਹ ਆਸ ਦੀ ਕਿਰਨ ਜਾਗੀ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੋਲ੍ਹਣ ਦੇ ਨਾਲ, ਦੋਵਾਂ ਦੇਸ਼ਾਂ ਦੇ ਦਰਮਿਆਨ ਸਿੱਖਾਂ ਦੇ ਨਾਲ ਅਤੇ ਉੱਥੇ ਦੇ ਰਹਿੰਦੇ ਜਿਹੜੇ ਲੋਕ ਨੇ ਪਾਕਿਸਤਾਨ ਵਿੱਚ। UN ਦਾ ਸੈਕਟਰੀ ਜਨਰਲ ਕਿਤੇ ਗਲਤ ਗੱਲ ਆ ਸਕਦਾ, ਅਤੇ ਆਪਣੇ ਸਰਕਾਰ ਦੇ ਅਫਸਰਾਂ ਨੂੰ ਕੀ ਲੋੜ ਪਈ ਸੀ ਇਹ ਸਿੱਖਾਂ 'ਤੇ ਜਿਹੜਾ ਇਹ ਧੱਕੇ ਦੇ ਨਾਲ ਉਹਨਾਂ ਨੂੰ ਇਹ ਇਲਜ਼ਾਮ ਲਾਉਣਾ ਕਿ ਉੱਥੇ ਜਿਹੜੇ ਜਾਣਗੇ ਕੋਈ ਨਾ ਕੋਈ ਮਾੜੀ ਘਟਨਾ ਕਰਨਗੇ। ਇੰਨੀ ਦੇਰ 'ਤੇ ਜਥੇ ਜਾਂਦੇ ਆ, ਨਨਕਾਣਾ ਸਾਹਿਬ, ਡੇਰਾ ਸਾਹਿਬ, ਪੰਜਾ ਸਾਹਿਬ, ਕਦੀ ਕੋਈ ਇੱਦਾਂ ਦੀ ਗੱਲ ਨਹੀਂ ਆਈ, ਕੋਈ ਉੱਥੇ ਇੱਦਾਂ ਦਾ ਆਪਣਾ ਮਸਲਾ ਨਹੀਂ, ਕੋਈ ਉੱਥੇ ਇੱਦਾਂ ਦਾ ਵਿਵਾਦ ਨਹੀਂ ਜਿਹੜਾ ਜਾਣ ਕੇ ਕਾਂਗਰਸ ਪਾਰਟੀ ਜਾਂ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਉਹ ਸਿੱਖਾਂ ਦੇ ਗੱਲ ਫਿਰ ਦੁਬਾਰਾ ਇੱਦਾਂ ਦਾ ਜਿਹੜਾ ਇਲਜ਼ਾਮ ਲਾ ਕੇ ਮੰਡਾਂ ਚਾਹੁੰਦੀਆਂ ਕਿ ਇਹ ਵੱਖਵਾਦੀ ਨੇ। ਅਸੀਂ ਦੇਸ਼ ਭਗਤ ਹਾਂ, ਦੇਸ਼ ਲਈ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ, ਗਾਂ ਵੀ ਕਰਾਂਗੇ, ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਅਮਨ ਸ਼ਾਂਤੀ ਦਾ ਪ੍ਰਤੀਕ ਆ। ਹੋ ਸਕਦਾ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਸਦਾ ਵਾਸਤੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਦਰਮਿਆਨ ਸ਼ਾਂਤੀ ਕਾਇਮ ਹੋ ਜਾਵੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸੰਬੰਧ ਵਿੱਚ। ਇਸ ਲਈ ਜੋ ਵੀ DGP ਸਾਹਿਬ ਨੇ ਆਖਿਆ ਠੀਕ ਆ, ਉਹਨਾਂ ਨੇ ਮਾਫ਼ੀ ਮੰਗ ਲਈ, ਉਹਨਾਂ ਨੇ ਖੇਦ ਪ੍ਰਗਟ ਕੀਤਾ, ਉਹ ਵੀ ਚਲੋ ਉਹਨਾਂ ਦੀ ਫਰਾਕ ਦਿਲੀ ਹੈ, ਲੇਕਿਨ ਸਰਕਾਰ ਦਾ ਬਹੁਤ ਵੱਡਾ ਫਰਜ਼ ਆ, ਸਰਕਾਰ ਨੂੰ ਚਾਹੀਦਾ ਸੀਗਾ ਆਪਣਾ ਪੱਖ ਕਰਕੇ ਪਹਿਲਾ ਦਿਨ ਅੱਜ ਉਹਨਾਂ ਦੇ ਬਿਆਨ ਤੋਂ ਬਾਅਦ ਸਰਕਾਰ ਨੂੰ ਆਪਣਾ ਪੱਖ ਕਲੀਅਰ ਕਰਨਾ ਚਾਹੀਦਾ ਸੀ, ਜੋ ਸਰਕਾਰ ਉਹਦੇ ਵਿੱਚ ਫੇਲ ਹੋ ਗਈ, ਅਤੇ ਸਾਰਾ ਸਿੱਖ ਜਗਤ ਇਸ ਗੱਲ ਦਾ ਬਹੁਤ ਰੋਸ ਮਨਾ ਰਿਹਾ ਅੱਜ ਵੀ ਅਤੇ ਕੱਲ੍ਹ ਨੂੰ ਵੀ ਇਸ ਗੱਲ ਦਾ ਰੋਸ ਮਨਾਊਗਾ ਕਿ ਕਾਂਗਰਸ ਨੇ ਸਿੱਖਾਂ ਦੇ ਨਾਲ ਧੱਕਾ ਕੀਤਾ, ਜਿਹੜਾ ਸਿੱਖਾਂ ਦੇ ਇਲਜ਼ਾਮ ਲਾਉਣ ਦੀ
ਕੋਸ਼ਿਸ਼ ਕੀਤੀ।